ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਸ਼ਗਨ ਔਜਲਾ ਬਲੌਗਸ ਦੇ ਉੱਤੇ। ਅਤੇ ਅੱਜ ਆਪਾਂ ਲੈਣ ਚੱਲੇ ਹਾਂ, ਆਪਾਂ ਨੇ ਹਲ ਬੁੱਕ ਕਰਵਾਏ ਹੋਏ ਸੀਗੇ 19 ਗੋਲਡਨ ਹਲ, ਉਹ ਲੈਣ ਚੱਲੇ ਹਾਂ। ਸਾਡੇ ਕੋਲ ਦਿਖਾਉਂਦੇ ਹਾਂ ਤੁਸੀਂ ਪਹਿਲਾਂ ਵੀ ਇਹਨਾਂ ਬਾਈਆਂ ਦੀ ਐਡ ਦੇਖੀ ਹੋਊਗੀ, ਸੁਖਜਿੰਦਰ ਲੋਪੋਂ ਬਾਈ ਦੇ ਯੂਟਿਊਬ ਚੈਨਲ ਸ਼ੌਂਕੀ ਸਰਦਾਰ ਦੇ ਉੱਤੇ ਬਾਈ ਨੇ ਪਾਈ ਸੀ, ਇਹਨਾਂ ਦੀ ਵੀਡੀਓ ਕੀਤੀ ਸੀਗੀ। ਅਤੇ ਇਹ ਵੀਰ ਹੋਣੀ ਆਪ ਹੱਥੀਂ ਕੰਮ ਕਰਦੇ ਨੇ। ਅਤੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਇਹਦੇ ਵਿੱਚ ਕਿ ਵੀਰ ਹੋਣੀ ਜੱਟ ਜ਼ਿਮੀਂਦਾਰ ਨੇ, ਸੋ ਕੰਮ ਬਾਹਲਾ ਘੈਂਟ ਕਰਦੇ ਨੇ। ਬਾਕੀ ਤੁਹਾਡੇ ਸਾਹਮਣੇ ਹੀ ਆ ਹਾਲ ਆਪਣੇ, ਦੱਸਿਓ ਕਮੈਂਟਾਂ ਦੇ ਵਿੱਚ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਲੁੱਕ ਵਾਈਜ਼। ਇਹ ਬਾਈ ਨੇ ਆਪਣਾ ਲੋਗੋ ਲਾਇਆ ਆਪਣੇ ਯੂਟਿਊਬ ਚੈਨਲ ਦਾ ਸ਼ਗਨ ਔਜਲਾ ਬਲੌਗ, ਅਤੇ ਗੱਬੇ ਹੈਗਾ ਸਰਨੇਮ ਆਪਣਾ, ਅਤੇ ਰਾਈਟ ਸਾਈਡ ਹੋ ਗਿਆ ਇੰਸਟਾਗ੍ਰਾਮ ਆਈ ਡੀ ਸਰਦਾਰ ਅੰਡਰਸਕੋਰ ਔਜਲਾ। ਕਹਿੰਦਾ ਵੀ ਬਾਈ ਨੇ ਐਨ ਸਿਰਾ ਲਾਇਆ ਪਿਆ ਕੰਮ ਦਾ, ਅਤੇ ਮਟੀਰੀਅਲ ਵਾਈਜ਼ ਵੀ ਬਹੁਤ ਹੈਵੀ ਨੇ ਹਾਲ, ਅਤੇ ਬਾਕੀ ਤੁਹਾਨੂੰ ਪਤਾ ਹੀ ਲੱਗ ਜਾਣਾ। ਵੀਡੀਓ ਐਂਡ ਤੱਕ ਜ਼ਰੂਰ ਦੇਖਿਓ, ਅਤੇ ਆਪਾਂ ਜਾ ਕੇ ਘਰ ਚੈੱਕ ਵੀ ਕਰਾਂਗੇ, ਦੇਖਾਂਗੇ ਪਾ ਕੇ ਕਿਵੇਂ ਚੱਲਦੇ ਨੇ। ਅਤੇ ਜਿਹੜਾ ਪੀੜਾ ਦਮੱਲਾ ਬੰਨੀ ਖੜਾ ਵੀਰ ਇਹ ਆ ਬਾਈ ਵਿਸ਼ਾਲਜੀਤ, ਵੀ ਤੁਹਾਨੂੰ ਕੀ ਸਮੱਸਿਆ ਆਉਂਦੀ ਹੈ ਜਿਹੜੀ ਮੰਨ ਲਓ ਸਾਨੂੰ ਨਾ ਆਵੇ। ਪਰਸੈਂਟ ਲੋਕਾਂ ਦੇ ਤਾਂ ਆਹ ਬੁਸ਼ਾਂ ਬਸ਼ਾਂ ਦਾ ਕੰਮ ਇਹੋ ਜਿਹਾ ਕਰਿਆ ਹੋਇਆ ਵੀ ਮੰਨ ਲਓ ਜਿਹੜੇ ਕੋਲ ਜਾ ਉਹ ਕਹਿੰਦੇ ਯਾਰ ਵੀ ਆਹ ਨਾ ਤੁਸੀਂ ਕਰਿਓ, ਸਿੱਧੇ ਹੀ ਬਣਾਇਓ। ਕੀ ਗੱਲ, ਜਿਹਦਾ ਯਾਰ ਢਿੱਲੇ ਹੋ ਗਏ ਤਾਂ ਚੱਲਦੇ ਹੀ ਨਹੀਂ ਗੇ, ਇਹਦਾ ਫੇਲ ਹੈ ਕੰਮ। ਇਹ ਹਰ ਜਗ੍ਹਾ ਚੀਜ਼ਾਂ ਦਾ ਫਿਰ ਸੁਧਾਰ ਕਰਿਆ, ਕਿਉਂਕਿ ਪਿੰਨ ਨਹੀਂ ਪੈਂਦੀ, ਉਹ ਦੁਖੀ ਹੋ ਹੀ ਜਾਂਦਾ, ਉਹ ਰੋਜ਼ ਦਾ ਰੋਣਾ ਉਹਨੂੰ ਕਿ ਨਹੀਂ। ਜਿਹੜਾ ਤੁਸੀਂ ਨਾ ਖੱਬੇ ਤੇ ਸੱਜੇ ਪਾਸੇ ਟਾਇਰ ਦੇਖਦੇ ਹੋ, ਤੇ ਉਹਦੇ ਉੱਤੇ ਸਟੇਅਰਿੰਗ ਜੇ ਆ ਸੰਗਲੀ ਦਾ, ਤੇ ਇਹ ਟਾਇਰ ਦੀ ਐਡਜਸਟਮੈਂਟ ਆ। ਜੇ ਮੰਨ ਲਓ ਹਲ ਜੰਪ ਕਰਦੇ ਨੇ, ਇੱਕ ਪਾਸਾ ਵੱਧ ਲੱਗਦਾ ਘੱਟ ਲੱਗਦਾ, ਜਾਣੀ ਟੱਪਦੇ ਨੇ ਹਲ, ਤਾਂ ਇਹ ਤੁਸੀਂ ਟਾਇਰ ਥੱਲੇ ਉਤਾਰ ਲਓ ਬਰਾਬਰ ਤੂੜੀ ਮਿਣ ਕੇ। ਇੱਕ ਤੁਸੀਂ ਬਹੁਤ ਪ੍ਰਚਲਿਤ ਗੱਲ ਸੁਣੀ ਹੋਊਗੀ ਕਿ ਤੂੰ ਕੀ ਜਾਣੇ ਜੱਟੀਏ ਨਹੀਂ ਜੱਟ ਜਗਾੜੀ ਹੁੰਦੇ ਹਾਂ, ਅਤੇ ਆਹ ਜਗਾੜ ਵੀ ਬਾਈ ਉਹਨਾਂ ਨੇ ਆਪ ਲਾਇਆ, ਖੁਦ ਦਾ ਤਿਆਰ ਕੀਤਾ ਹੋਇਆ, ਗੱਡੀ ਪਿੱਛੇ ਟ੍ਰੇਲਰ ਟਾਈਪ ਬਣਾਇਆ ਹੋਇਆ। ਅਤੇ ਬਾਈ ਕਹਿੰਦਾ ਵੀ ਅਸੀਂ ਇਹ ਸਾਈਕਲਿੰਗ ਵਾਸਤੇ ਤਿਆਰ ਕੀਤਾ ਸੀ ਵੈਸੇ ਤਾਂ, ਅਤੇ ਅੱਜ ਇਹ ਮੋਟਰਸਾਈਕਲ ਖਰੀਦ ਕੇ ਲੈ ਕੇ ਆਏ ਸੀਗੇ, ਅਤੇ ਬਾਈ ਹੋਣੀ ਮੋਟਰਾਂ ਵੀ ਚੜ੍ਹਾ ਕੇ ਲੈ ਗਏ ਨੇ ਇਹਦੇ ਵਿੱਚ, ਅਤੇ ਐਨ ਪੂਰਾ ਬੜੀ ਰੀਝਨਾ ਬਣਾਇਆ ਹੋਇਆ, ਸ਼ੌਕਰ ਲਾ ਕੇ ਟਾਇਰ ਟੂਰ ਪਾ ਕੇ ਚੌੜੇ, ਲੁੱਕ ਵਾਈਜ਼ ਵੀ ਘੈਂਟ ਆ, ਅਤੇ ਉਹ ਵੀ ਚੀਜ਼ ਘੈਂਟ ਆ। ਅਤੇ ਮੋਟਰਸਾਈਕਲ ਨੂੰ ਮੀਨਸ ਵੀ ਮੋਟਰਸਾਈਕਲ ਗਿਰੇ ਨਾ ਤਾਂ ਇਹ ਪੱਤੀ ਪੈਂਦੀ ਕਰੀ ਆ ਵਿੱਚੀ, ਅਤੇ ਇਹ ਪੱਤੀ ਆ ਜੀ, ਅਤੇ ਇਹਨੂੰ ਦੋ ਨਟ ਪੈਂਦੇ ਨੇ, ਕਿਧਰਲੀ ਸਾਈਡ ਆ ਇੱਕ, ਦੂਜੀ ਸਾਈਡ ਆ, ਤਾਂ ਕਿ ਮੋਟਰਸਾਈਕਲ ਹਿੱਲੇ ਨਾ, ਜੰਪ ਨਾ ਕਰੇ, ਗਿਰੇ ਨਾ, ਸੇਫ ਰਹੇ। ਲਓ ਜੀ ਬਾਈ ਹੋਣੀ ਆ ਸੁਹਾਗਾ ਹੀ ਬਣਾਉਂਦੇ ਨੇ ਫੋਲਡਿੰਗ ਸੁਹਾਗਾ, ਅਤੇ ਇਹਦੇ ਵਿੱਚ ਪਾਣੀ ਭਰਦਾ ਵਜਨ ਲਈ, ਅਤੇ ਜਰ ਲੱਗਣ ਤੋਂ ਇੱਕ ਕੈਮੀਕਲ ਪੈਂਦਾ ਵਿੱਚ ਇਹਦੇ, ਉਹਦੇ ਨਾਲ ਜਰ ਨਹੀਂ ਲੱਗਦੀ ਹੈਗੀ ਜੇ ਆਪਾਂ ਪਾਣੀ ਵਿੱਚ ਪਾ ਕੇ ਰੱਖਦੇ ਹਾਂ। ਇਹਦੀ ਚੜ੍ਹਾਈ ਜ਼ਿਆਦਾ ਇਸ ਕਰਕੇ ਫੋਲਡਿੰਗ ਆ। ਸਭ ਤੋਂ ਵੱਡੀ ਗੱਲ ਬਾਈ ਹੋਣੀ ਜ਼ਿਮੀਂਦਾਰ ਨੇ, ਅਤੇ ਸੰਦ ਵੀ ਪੂਰੇ ਐਨ ਟੌਰੀ ਬਣਾਉਂਦੇ ਨੇ ਫੁੱਲ, ਹਾਰ ਸ਼ਿੰਗਾਰ ਲਾ ਕੇ ਪੂਰੇ, ਇੱਧਰ ਲਾਇਆ ਘੋੜਾ, ਇੱਧਰ ਲਾਏ ਆ ਪੰਘੀਆਂ ਜੀਆਂ, ਅਤੇ ਆਪਾਂ ਲੈ ਚੱਲੇ ਆਪਣੇ ਹਲ ਇਹ 19 19 ਹਲ ਨੇ। ਆਹ ਆ ਗਈ ਆਪਣੀ ਇੰਸਟਾਗ੍ਰਾਮ ਆਈ ਡੀ
आ गया अपना सरनेम, आ गया अपना यूट्यूब चैनल शगन औजला ब्लॉग। भाई उन्होंने टायर लैके आऊँगा भी थले, लो जी हुण करांगे हल चैक कि जैक प्रॉपर काम करते हैं या नहीं काम करते, वो चैक कर लगे हैं। देखियो तो वैसे ये बिगाड़ बहुत घेंट आ, देखो हम इधर ही हड़ी हड़े जाऊगी वैसे जो सफाई देना आए थे उदो साड़ी स्कीम सी कि 17 हल बनाई थे, पर भाई होनी कहते भी जो तुम हल 17 ही बनाने 56 ही ट्रैक्टर फिर तुम साढ़े को आते हल बना, भाई कहना 19 हल या 21 हल बनाओ, जो ना ट्रैक्टर ने खिंचे साड़ी गरंटी है तुम हल साढ़े वापस कर दियो अपने पैसे वापस ले दियो, तो बड़ी वीड्डी गल आ क्योंकि नहीं बंदा कहता कुछ होता करता कुछ होता। भाई उन्होंने पुरानी वर्कशॉप पहली जितों काम शुरू किया, भाई का दफ्तर भी इधर आ, लो जी हड़ लैके पहुंच गए घरे, लाली तेल चो रहा है, ड्राइवर भी सरदा भजया मूहरे गेट दे। लो जी देखो कमेंटा दे जरूर दस्यो कि थोनू किदां दा लग्या अपना 19 कल्टीवेटर, तो वैसे ट्रैक्टर के उत्ते ना बह के आ फोल्ड करन दा सवाद वखरा ही है, ते पैसे लाया दा मुल मोड़ देने जैक, क्योंकि जे जैक नहीं ना ही लवाउंदे सी आपां तां फिर जिन्ने क पैसे दी जैक लगे आ उन्ने क पैसे ट्रैक्टर नूं देने पैणे सी क्योंकि भारे ज़्यादा ने डिस्क हिल जाणी सी। आ जाओ फिर करिए हल चैक ये ट्रैक्टर किमें चलता, किन्ने ट्रैक्टर का तोरा है तो हल किन्ने डूंगे जाते हैं, ट्रैक्टर किन्ना क लोड दिंदा है। ये डाकर खेत है जी, तो तप्पड़ बाण आ जीवी वाला कटर फेर के अग लाई हुई थी, तो खेत ज़्यादा गिला है वैसे तो हल गचल कटते हैं, वैसे ट्रैक्टर एन पूरा वधिया चल रहा नॉर्मल, तो टायर भी अपने लाते थे तुम देखियो जो वीडियो के नेड़े जाऊ कैमरा हलों के तो देखियो टायर घूमते हैं नाल नाल लाके धरती के, ये टायर का काम यह है कि एक पासे हल वध घट ना नहीं ना लगन, दोनों साइडा हलों दियाँ बराबर लगन, ये करके टायर दते हुए हैं क्योंकि कई बार ज़्यादा लंबे हल होने करके ना हल कई बार एक पास उठ खड़ते हैं कई बार दूजे पास उठ खड़ते हैं, वह बैलेंस बनाने लिए टायर लगने जरूरी सी, तो अपना एक काम वधिया तरीके कर रहे हैं। देखो और देखो टायर लगे थले, तुम एक गल नोट करो और देखो मोड़ के ट्रैक्टर मुड़ रहे, तो ट्रैक्टर पूरी एन नॉर्मल मुड़िया, हल भी एन प्रॉपर लगे ने, हल दिन दोनों साइडा बराबर रही, कोई भी साइड उपर नहीं उठी मोड़ से जाके, नहीं तो आम तौर पर आप देख रहे हैं कि जो हल की चढ़ाई ज़्यादा हो जाए ना मोड़ से जाकर ट्रैक्टर औखा मान लगे मुड़ जाने जहाँ
ਵੈਸੇ ਟਰੈਕਟਰ ਦੀ ਲਿਫਟ ਦੇ ਦੋਨੋਂ ਲੀਵਰ ਥੱਲੇ ਚੜੇ ਹੋਏ ਨੇ, ਪੂਰੇ ਡਾਊਨ ਨੇ ਅਤੇ ਟਾਇਰਾਂ ਦੇ ਲੈਰਾਂ ਉੱਤੇ ਹੜਕ ਲੱਗ ਰਹੇ ਨੇ। ਉਦੋਂ ਅਸੀਂ 19 ਹੜ ਲੈਣ ਬਾਰੇ ਜਦੋਂ ਸੋਚਦੇ ਸੀ ਤਾਂ ਸਾਨੂੰ ਐਂ ਲੱਗਦਾ ਸੀ ਵੀ ਕਿਤੇ ਪੰਗਾ ਨਾ ਹੋ ਜਾਵੇ, ਕਿਤੇ ਵੀ ਟਰੈਕਟਰ ਪਤਾ ਨਹੀਂ ਖਿੱਚੂ ਪਤਾ ਨਹੀਂ ਖਿੱਚੂ 19 ਹੜ, ਕਿਉਂਕਿ ਨਾ ਕਦੇ 19 ਹੜ ਦੇਖੀਆਂ ਖਿੱਚੀ ਆਪਣੀ ਅੱਖੀਂ, ਸਿਰਫ ਵੀਡੀਓ ਦੇ ਵਿੱਚ ਜ਼ਰੂਰ ਦੇਖੇ ਸੀਗੇ ਕਿਉਂਕਿ, ਪਰ ਵੀਡੀਓ ਅਤੇ ਰੀਅਲ ਦੇਖਣ ਦੇ ਵਿੱਚ ਬਹੁਤ ਫਰਕ ਹੁੰਦਾ, ਅਤੇ ਤਾਂ ਕਰਕੇ ਪਰ ਹੁਣ ਸਾਨੂੰ ਆਹ ਹੜ ਚਲਾ ਕੇ ਇੱਦਾਂ ਲੱਗਦਾ ਕਿ ਅਸੀਂ ਹੁਣ 19 ਹੜ ਉਹੀ ਕਰਵਾ ਲਏ। 21 ਚਾਹੀਦੇ ਸੀ ਵੈਸੇ ਇਹਨੂੰ, ਕਿਉਂਕਿ 19 ਹੜ ਬਹੁਤ ਆਰਾਮ ਨਾਲ ਖਿੱਚਿਆ ਟਰੈਕਟਰ, 21 ਹੜ ਵੀ ਵਧੀਆ ਖਿੱਚਣੇ ਸੀ ਇਹਨੇ। ਚਲੋ ਪਰ ਕੋਈ ਨਹੀਂ, ਅਤੇ ਜਿੰਨਾ ਵੀ ਸਾਡੇ ਯੂਟਿਊਬ 'ਤੇ ਸਾਡਾ ਚੈਨਲ ਦੇਖ ਰਹੇ ਹੋ ਅਤੇ ਤੁਹਾਡੇ ਤੁਹਾਨੂੰ ਵੀ ਅਸੀਂ ਸਲਾਹ ਦਿੰਦੇ ਹਾਂ ਕਿ ਜੇ ਤੁਸੀਂ ਹੜ ਲੈਣੇ ਨੇ ਤਾਂ ਗਿੱਲ ਵਰਕਸ ਅਜਨੇਰ ਵਾਲਿਆਂ ਤੋਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਹੜ ਬਹੁਤ ਰੈੜੇ ਨੇ ਇਹਨਾਂ ਦੇ, ਸ਼ੁੱਧ ਬਹੁਤ ਨੇ ਹੜ, ਅਤੇ ਜੇ ਤੁਹਾਡੇ ਕੋਲ 36-30 ਨਹੀਂ ਹੋ ਲੈਣਾ ਤਾਂ ਉਹ ਵੀ 15 ਹੜ ਖਿੱਚੂਗਾ, ਕਿਉਂਕਿ ਸਾਡੇ ਕੋਲ ਹੈਗੇ ਨੇ ਪਹਿਲਾਂ 36-30 ਅਤੇ 15 ਹੜ। ਤੁਸੀਂ ਯੂਟਿਊਬ ਚੈਨਲ 'ਤੇ ਸਾਡੀ ਵੀਡੀਓ ਦੇਖ ਸਕਦੇ ਹੋ, ਪਹਿਲਾਂ ਵਲੌਗ ਪਾਇਆ ਹੋਇਆ ਬਣਾ ਕੇ ਉਹਦਾ ਵੀ। ਅਤੇ ਪਹਿਲਾਂ ਪਿੰਨਾਂ ਪੈਂਦੀਆਂ ਨੇ ਇਹਦੇ ਵਿੱਚ, ਜੇ ਪਿੰਨਾਂ ਕੱਢਣੀਆਂ ਪੈਂਦੀਆਂ ਦੋਨੇ ਸਾਈਡਾਂ ਤੋਂ।
ਜੀ ਹੁਣੇ ਰਹਿ ਗਏ 13 ਫੋਲਡ ਕਰੇ ਤੋਂ ਬਾਅਦ ਰਹਿ ਜਾਣੇ 13 ਇਹ ਨੂੰ ਵੈਸੇ ਹੈਗੇ 19 ਹਾਲ ਤਿੰਨ ਇੱਧਰ ਤਿੰਨ ਉੱਧਰ 13 ਤੇ 6 19 ये सी साडा अज दा ब्लॉग इत्थों ही तक सी ते मिलदे आ नवें ब्लॉग दे विच ते कमेंट करके दस्सियो तुसीं थोनूं किद्दां लगे साडे नवें हल ते किवें लग्गिया ट्रैक्टर 56 ते मिलदे आ अगले ब्लॉग दे विच थैंक यू सो मच।